ਜਿਹੜੇ ਟਰੈਵਲਰਸ ਇਹਨਾਂ ਕੰਟਰੀ ਦੇ ਥਰੂ ਆਉਂਦੇ ਆ, ਜੇ ਉਹਨਾਂ ਦੇ ਵਿੱਚੋਂ ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਪੁੱਛਦੇ ਹਾਂ ਵੀ ਉਹਨਾਂ 'ਚ ਕੋਈ ਇਸ ਤਰ੍ਹਾਂ ਦੇ ਕਰੋਨਾ ਵਾਇਰਸ ਦੇ ਲੱਛਣ ਪਾਏ ਜਾਂਦੇ ਕਿ ਨਹੀਂ ਪਾਏ ਜਾਂਦੇ, ਜਿਸ ਤਰ੍ਹਾਂ ਕਿ ਫੀਵਰ, ਕਫ, ਬ੍ਰੈਥਲੈਸਨੈਸ, ਉਹਨਾਂ ਨੂੰ ਫਿਰ ਜਿਹਨਾਂ ਦੇ ਵਿੱਚ ਹੁੰਦਾ ਉਹਨਾਂ ਨੂੰ ਕੁਆਰੰਟੀਨ ਪੀਰੀਅਡ ਦੇ ਲਈ ਰੱਖਿਆ ਜਾਂਦਾ ਹੈਗਾ, ਜਿਹੜਾ ਕਿ 2 ਤੋਂ 14 ਦਿਨ ਵੇਰੀ ਕਰਦਾ, ਅਤੇ 14 ਡੇਜ਼ ਮੰਨ ਕੇ ਆਪਾਂ ਇਨਕਿਊਬੇਸ਼ਨ ਪੀਰੀਅਡ 28 ਦਿਨ ਤੱਕ ਉਹਨੂੰ ਸੈਪਰੇਟ ਰੱਖਦੇ ਹਾਂ, ਅਤੇ ਜਿਹੜਾ ਬਿਮਾਰ ਹੈਗਾ ਉਸਨੂੰ ਤਾਂ ਅਸੀਂ ਦਾਖਲ ਹੋਣ ਦੀ ਸਲਾਹ ਦਿੰਦੇ ਅਤੇ ਹੋਸਪਿਟਲ ਦਾਖਲ ਕਰਦੇ।